ਸਾਰਿਆਂ ਨੂੰ ਸਵਾਗਤ ਕਰਨਾ ਚਾਹਾਂਗੀ ਅੱਜ ਦੇ ਇਸ ਸਪੈਸ਼ਲ ਇਵੈਂਟ ਦੇ ਵਿੱਚ ਜਿੱਥੇ ਅਸੀਂ ਟੈਕਨੋਲੋਜੀ ਦੀ ਗੱਲ ਕਰਨ ਵਾਲੇ ਨੇ। ਇਹ ਅੱਜ ਦਾ ਜੋ ਪ੍ਰੋਗਰਾਮ ਹੈ, ਜੋ ਇਹ ਲਾਈਵ ਸ਼ੋਅ ਹੈ, ਜਿਹਨੂੰ ਮੈਂ ਕਹਾਂਗਾ ਪ੍ਰੋਗਰਾਮ ਨਾ ਕਹਾਂਗਾ, ਇਹ ਡੈਫਲੇ ਤੇ ਨਵਸਟੂ ਦੁਆਰਾ ਕੋਲੈਬੋਰੇਸ਼ਨ ਨਾਲ ਕੀਤਾ ਜਾ ਰਿਹਾ ਹੈ। ਇੱਥੇ ਅਸੀਂ ਇੱਕ ਵੱਡੇ ਪੱਧਰ 'ਤੇ ਇੱਕ ਉਹੀ ਲਾਈਵ ਡੈਮੋ ਦਾ ਤੁਹਾਨੂੰ ਸਾਰੇ ਵੀਰ ਨੂੰ ਸੱਦ ਕੇ ਇਹ ਦਿਖਾਉਣ ਦਾ ਉਪਰਾਲਾ ਕੀਤਾ। ਹੁਣੇ ਆਪਾਂ 2 ਮਿੰਟ ਬਾਅਦ ਸਾਰੇ ਕਿਸਾਨ ਵੀ ਚੱਲਾਂਗੇ, ਜਿੱਥੇ ਤੁਹਾਨੂੰ ਵਿਖਾਇਆ ਜਾਏਗਾ ਵੀ ਕਿਵੇਂ ਨਿਊਮੈਟਿਕ ਪਲਾਂਟਰ ਰਾਹੀਂ ਜਾਂ ਮਸ਼ੀਨੀਕਰਨ ਦੇ ਨਾਲ ਕਿਵੇਂ ਸੋਇੰਗ ਕੀਤੀ ਜਾਂਦੀ ਹੈ, ਸੋਇੰਗ ਦੇ ਫਾਇਦੇ ਕਿਵੇਂ। ਉਸ ਤੋਂ ਬਾਅਦ ਜਿਹੜੀ ਆਪਾਂ ਕ੍ਰੌਪ ਇੱਥੇ ਤਿਆਰ ਕੀਤੀ ਹੈ ਉਹ ਵੀ ਹਾਰਵੈਸਟਿੰਗ ਦਿਖਾਵਾਂਗੇ। ਹਾਰਵੈਸਟਿੰਗ ਦੀ ਸਟੇਜ ਕੀ ਹੈ, ਕਿਸ ਲੈਵਲ 'ਤੇ, ਜੋ ਸਾਡੇ ਮਾਹਰਾਂ ਨੇ ਦੱਸਿਆ ਵੀ ਆਪਾਂ ਛੱਲੀ ਦੇ ਵਿੱਚ ਉਹਦੀ ਮਿਲਕ ਲਾਈਨ ਜਾਂ ਉਹਦਾ ਮੋਇਸਚਰ ਚੈੱਕ ਕਰਨਾ, ਉਹ ਸਾਰੀਆਂ ਚੀਜ਼ਾਂ ਪ੍ਰੈਕਟੀਕਲ ਕਰਕੇ ਤੁਹਾਨੂੰ ਵਿਖਾਵਾਂਗੇ। ਔਰ ਪ੍ਰੈਕਟੀਕਲ ਕਰਕੇ ਉਹਦੀ ਹਾਰਵੈਸਟਿੰਗ ਹੋਣ ਤੋਂ ਬਾਅਦ ਉਹਦੀਆਂ ਸਾਈਲੇਜ ਬੇਲਸ ਕਿਵੇਂ ਬਣਨਗੀਆਂ, ਉਹ ਸਾਈਲੇਜ ਬੇਲਸ ਬਣਾ ਕੇ ਇੱਕ ਤੁਹਾਨੂੰ ਐਂਡ ਟੂ ਐਂਡ ਇੱਕ ਲਾਈਵ ਡੈਮੋ ਸਾਈਲੇਜ ਦਾ, ਜਿਹੜਾ ਕਿ ਪਹਿਲੀ ਵਾਰ ਇੱਦਾਂ ਦਾ ਈਵੈਂਟ ਹੈ। ਮੇਰੇ ਖਿਆਲ ਹੈ ਵੀ ਡੇਰੀ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਅਸੀਂ ਕਰ ਰਹੇ ਹਾਂ ਜਿੱਥੇ ਅਸੀਂ ਸਾਰੀ ਸਟੇਜਾਂ ਨੂੰ ਇੱਕ ਲਾਈਵ ਡੈਮੋ ਦੇ ਕੇ ਅਸੀਂ ਫਾਰਮਰਾਂ ਨੂੰ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਹੁਣ ਆਪਾਂ 2020 ਜਿਹਨੂੰ ਵੀ ਕਹਿੰਦੇ ਹਾਂ ਵੀ ਨਵੇਂ ਯੁੱਗ ਦੇ ਦਰਵਾਜ਼ੇ 'ਤੇ ਖੜ੍ਹੇ ਹਾਂ, ਜਿੱਥੇ ਜੇ ਡੇਰੀ ਧੰਦੇ ਨੂੰ ਆਪਾਂ ਇੱਕ ਐਗਰੀਪਰਨਿਓਰਸ਼ਿਪ ਜਾਂ ਇੱਕ ਬਿਜ਼ਨਸ ਤੌਰ 'ਤੇ ਜਾਂ ਇੱਕ ਇਸ ਨੂੰ ਆਪਾਂ ਇੱਕ ਵਪਾਰਕ ਧੰਦੇ ਦਾ ਸੋਚਣਾ ਨਹੀਂ ਵਧਾਵਾਂਗੇ ਤਾਂ ਡੇਰੀ ਆਪਣੇ ਵਾਸਤੇ ਬੜੀ ਮੁਸ਼ਕਿਲ ਹੋ। ਆਯੋਜਕੋ ਕਾ ਵਿਸ਼ੇਸ਼ ਰੂਪ ਸੇ ਧੰਨਵਾਦ ਕਰਨਾ ਚਾਹੂੰਗਾ ਕਿ ਇਤਨੇ ਆਪਣੇ ਪ੍ਰਯਤਨ ਸੇ ਉਹਨੇ ਕੁਛ ਇੱਕ ਮਸ਼ੀਨੇ ਔਰ ਫਸਲ ਕੋ ਪੂਰੇ ਲਾਈਵਲੀ ਦਿਖਾਏਂਗੇ। ਮੁਝੇ ਲਗਤਾ ਆਪ ਲੋਗੋਂ ਕੋ ਕਾਫੀ ਉਸਕਾ ਲਾਭ ਮਿਲੇਗਾ, ਸੋਚ ਬਦਲੇਗੀ ਔਰ ਸਾਈਲੇਜ ਕੀ ਤਰਫ ਧਿਆਨ ਦਿਆ ਜਾਏਗਾ ਤੋ ਪਸ਼ੂ ਪਾਲਕ ਕਾ ਜੋ ਧੰਦਾ ਹੈ ਉਸਕੇ ਅੰਦਰ ਔਰ ਜ਼ਿਆਦਾ ਸਹਿਯੋਗ ਮਿਲੇਗਾ। प्रैक्टिकल उस चीज को अप्रत्यक्ष हम सुन तो लेते हैं, प्रत्यक्ष देखेंगे तब उसके बारे में समझ आएगी। तो आइए आपको ले चलती हूँ पहले पड़ाव की तरफ। सॉइल दी लेयर होनी चाहिए, जेडे माहर ये कहंदे हैं कि बीज ते फर्टिलाइजर दी दूरी एटलीस्ट 2 इंच होनी चाहिए, फर्टिलाइजर 2 इंच नीचे होना चाहिए, थल्ले होना चाहिए। तो यह मशीन उन्होंने कैम करके दिंदी है,
जर्मीनेशन एकदम बराबर रहती है। जो जर्मीनेशन बराबर रहेगी तो जो फसल बढ़ेगी तो वह भी बराबर रहेगी। खेत में 34 से 36,000 बूटे बनेंगे, यानी कि पौधे निकलेंगे। जितने ज्यादा निकलेंगे 7 इंच पे, तो उतने ज्यादा आपकी खेत की यील्ड आएगी, उपज आएगी, जिसमें 9 से 10 किलो आपका बीज लगता है अचार के लिए। ठीक है, बाकी जो लाइन से लाइन की दूरी है, यहाँ आप देख रहे हो 2 फीट लाइन से लाइन की दूरी होती है, तो ये इतनी मेंटेन हुई है यहाँ से यहाँ भी, जिससे जो पौधा होता है वो पूरा अच्छा तरीके से मेंटेन हो जाता है और ग्रोथ अच्छी करता है। ये उसी प्लांटर का बीजा हुआ है, यहाँ पे आप देख रहे हैं कि कैसे लाइन से सोइंग करते हैं। एक्यूरेसी इतनी की होती है कि 36,000 जो बूटे आप सोच के चलिए, तो इन्हें 35,800 या 36,200, मतलब 100-200 बूटा इधर उधर से करके इन्हें बीज देने हैं। इतनी एक्यूरेसी जो हाथ ना आप जदों भी बिजाई करिए, तो 25,000 लेबर की कैपेसिटी नहीं है कि उस इतनी एक्यूरेसी करें। हारने की लाइन जी अपनी मक्की दे विच आंदी आ, ते आधा दाना कच्चा ते आधा पक्का, यानी जेड़ा स्टार्च कंटेंट दे अंदर डॉक्टर साहब गल कर रहे सीगे, ते ओ स्टेज केड़ी है, ते हारने की लाइन दी प्रॉपर स्टेज जेड़ी होनी चाहिए आ, वो जिमीदार आप पे भी छल्ली तोड़ के विचों ऐसे देख सकते हैं। अज का जोड़ा ये सारा एंड टू एंड फीड एंड फॉडर सोल्यूशन डे जोड़ा आप सैलीब्रेट किया, जोड़ा आप जो उपराला देखा, ये संबंध के कोई अपना मन के सवाल हो, कोई किसी प्रकार का सुझाव हो, प्लीज़ स्टेज पर आके साथ शेयर करो।